ਹੈਲੋ ਐਂਡ ਵੈਲਕਮ ਗਾਇਸ, ਕਿਵੇਂ ਹੋ ਸਾਰੇ? ਠੀਕ ਹੋਵੋਗੇ? ਅਤੇ ਅੱਜ ਆਪਾਂ ਹਲਾਂ ਨਾਲ ਵਾਹਣ ਵਾਹੁਣੇਗਾ, ਅਤੇ ਹੁਣ ਆਪਾਂ ਫਿਰ ਪਹਿਲਾਂ ਫੂਡ ਕੱਢਦੇ ਹਾਂ ਬਾਹਰ। ਚਲੋ ਗਾਇਸ, ਹੁਣ ਆਪਾਂ ਟਰੈਕਟਰ ਵੀ ਕੱਢ ਲੈਂਦੇ ਹਾਂ, ਅਤੇ ਪਹਿਲਾਂ ਇਹਦੇ ਪਿੱਛੇ ਉਹ ਪਾ ਲਈਏ ਹਲ। ਚਲੋ ਗਾਇਸ, ਆਪਾਂ ਹਲ ਪਾ ਲਏ ਨੇ, ਚਲੋ ਹੁਣ ਖੇਤ ਵਾਲੇ ਨੂੰ ਚੱਲਦੇ ਹਾਂ। ਚਲੋ ਗਾਇਸ, ਹੁਣ ਅਸੀਂ ਆ ਗਏ, ਅਤੇ ਹੁਣ ਆਪਾਂ ਵਾਹਣ ਵਿੱਚ ਉਤਾਰ ਲਈਏ। ਚਲੋ ਬਾਈ, ਹੁਣ ਆਪਾਂ ਲਿਫਟ ਪਹਿਲਾਂ ਥੱਲੇ ਉਤਾਰ ਲਈਏ। ਚਲੋ ਹੁਣ ਹੱਥਾਂ ਨਾਲ ਵਾਹੁਣੇ ਪੈਣਗੇ, ਤਾਂ ਹੁਣ ਤਾਂ ਪਿੱਛੇ ਡਿੱਗੇ ਬਾਈ ਦੇ ਵਿੱਚ ਗਿਆ। ਚਲੋ ਫਿਰ ਵਾਹੁਣੇ ਆ। ਕੱਟ ਦਾ ਗਾਈ ਜੋ ਇਹਦੇ ਰਿਮੋਟ ਹੈ ਲੈ, ਕੱਟ ਦਾ ਸਟੀਰਿੰਗ ਨਹੀਂ ਮੋੜਨਾ ਪੈਂਦਾ, ਹੁਣ ਤਾਂ ਇਹਦੇ ਥੱਲੇ ਮੋਟਰ ਲੱਗੀ ਹੋਈ ਆ, ਆਪਾਂ ਪਲੱਸ ਥੱਲੇ। ਚਲੋ ਜੀ, ਆਹ ਦੇਖੋ ਆਪਣਾ ਖੇਤ, ਹਰਾ ਹਰਾ, ਹਰਿਆਲੀ ਹਰਿਆਲੀ ਆਪਣੇ ਖੇਤ 'ਚ। ਦੋ ਤਿੰਨ ਸਪੈਦੇ ਲੱਗੇ ਹੋਏ ਆ, ਅਤੇ ਆ ਖੜਾ ਆਪਣਾ ਟਰੈਕਟਰ, ਹੁਣ ਆਪਾਂ ਵਾਹਣ ਵਾਹੁੰਦੇ ਹਾਂ। ਇਹ ਗਾਈਸ, ਟਰੈਕਟਰ ਦਾ ਆਪਣਾ ਰਿਮੋਟ ਕੰਟਰੋਲ ਹੈ, ਪਹਿਲਾਂ ਵੀ ਦੱਸਿਆ ਤੁਹਾਨੂੰ, ਥੱਲੇ ਮੋਟਰ ਲੱਗੀ ਹੋਈ ਹੈਗੀ, ਗਰਾਰੀਆਂ ਗਰੂਲੀਆਂ ਖਾਸੀਆਂ ਲਾਈਆਂ ਹੋਈਆਂ ਨੇ, ਵੱਡੀ ਮੋਟਰ ਹੈ। ਅਤੇ ਬੈਟਰੀ ਆਪਾਂ ਨੂੰ ਦੀਂਦੀ ਨਹੀਂ ਹੈਗੀ, ਕਿਉਂਕਿ ਬੈਟਰੀ ਇਹਦੇ ਸ਼ੋ ਦੇ ਇਹਦੇ ਅੰਦਰ ਤੋਂ ਹੀ ਹੋਈ ਹੈ, ਫਿੱਟ ਫੁੱਟ ਕੀਤੀ ਹੋਈ ਹੈ। ਅਤੇ ਹੁਣ ਗਾਈਸ, ਆਪਾਂ ਨੂੰ ਹਾਲ ਥੋੜ੍ਹੇ ਜਿਹੇ ਥੱਲੇ ਭਾਰ ਦੇਣਾ ਪੈਂਦਾ ਹਲਾਂ 'ਤੇ। ਟਰੈਕਟਰ ਦਾ ਆਪਾਂ ਇੱਦਾਂ ਹੁਣ ਦੇਖੋ ਤੁਸੀਂ, ਆਏ ਮਸਾ ਮਸਾ ਤੁਰਦਾ, ਹੁਣ ਕਿਉਂਕਿ ਹਲਾਂ 'ਤੇ ਭਾਰ ਦੇਈ ਜਾਂਦੇ ਆ, ਉਹ ਮਸਾ ਮਸਾ ਤੁਰਦਾ। ਪਹਿਲਾਂ ਪਾਈ ਨਾ ਭਾਰ ਦਿੱਤਾ ਸੀ, ਪਹਿਲਾਂ ਭੱਜ ਜਾਂਦਾ ਸੀ, ਹੁਣ ਲੈਫਟ ਆਪਾਂ ਆਪ ਹੀ ਚੱਕ ਦਿੰਦੇ ਹਾਂ ਉਹਨਾਂ ਦੀ, ਤਾਂ ਕਰਕੇ ਹੁਣ ਆਪਾਂ ਨੂੰ ਆ ਦੇਖੋ, ਆਪਾਂ ਨੂੰ ਸਿੱਧਾ ਕਰਨ ਦੀ ਲੋੜ ਹੈ ਮੋੜਨ ਦੀ, ਅਜੇ ਚੜ ਜਾਂਦਾ। ਚਲੋ ਬਾਈ, ਵਾਹਣ ਵਾਹ ਲਿਆ, ਹੁਣ ਆਪਾਂ ਟਰੈਕਟਰ ਬਾਹਰ ਕੱਢ ਰਹੇ ਹਾਂ, ਹੁਣ ਆਪਾਂ ਨੂੰ ਮੋੜਨਾ ਪਊਗਾ, ਕਿਉਂਕਿ ਆਪ ਤਾਂ ਇਹ ਮੁੜਦਾ ਨਹੀਂ, ਅਤੇ ਹੁਣ ਆਪਾਂ ਨੂੰ ਮੋੜਨ ਦੀ ਲੋੜ ਪਊਗੀ ਜੇ ਆਪਾਂ ਭਾਰ ਦਿੰਦੇ ਹਾਂ, ਹੌਲੀ ਹੌਲੀ ਚੱਲਦਾ ਦੇਖੋ ਬਾਈ, ਕਿਉਂਕਿ ਮੋੜਨ ਵੇਲੇ ਆਪਾਂ ਸਟੇਰਿੰਗ 'ਤੇ ਭਾਰ ਦੇ ਰੱਖਿਆ। ਹੁਣ ਆਪਾਂ ਦੂਜੇ ਖੇਤ ਵੀ ਵਾਹ ਕੇ ਆਉਣਾ, ਦੂਜਾ ਕਿੱਲਾ, ਇੱਕ ਕਿੱਲਾ ਹੋਰ ਲੈਂਦਾ, ਉਹ ਕਿੱਲਾ ਤਾਂ ਛੋਟਾ ਹੀ ਆ, ਉਹ ਤਾਂ ਮਿੰਟ 'ਚ ਬਹਿ ਜੂਗਾ। ਅਤੇ ਆ ਗਿਆ ਆਪਣਾ ਖੇਤ, ਇਹਦੇ ਵਿੱਚ ਬਹੁਤ ਵੱਡਾ ਦਰਖਤ ਲੱਗਿਆ ਹੋਇਆ, ਦੇਖੋ ਬਾਈ ਜਾ, ਐਡਾ ਦਰਖਤ ਆ ਗਿਆ ਅੰਦਰ। ਚਲੋ ਆਪਾਂ ਚਾੜ ਲਿਆਤਾ ਹੈ, ਆਪਾਂ ਪੱਕੇ ਰਸਤੇ ਵਿੱਚ ਦੀ ਆਏ ਹਾਂ, ਕਿਉਂਕਿ ਕੱਚਦਾ ਰਹਿੰਦਾ ਉਖਲੀਆਂ 'ਚ ਜੀ ਉੱਧਰ ਕੱਚੇ ਰਸਤੇ ਵਿੱਚ, ਤਾਂ ਕਰਕੇ ਹੁਣ ਫਿਰ ਉਰੇ ਆਪਾਂ ਪਹਿਲਾਂ ਲੈਫਟ ਲਾ ਲਈਏ, ਉਰੇ ਇੱਕ ਦਾ ਟਰੈਕਟਰ ਇੱਕ ਇੱਧਰੋਂ ਅੱਗਾ ਚੱਕਿਆ ਜਾਂਦਾ, ਇੱਕ ਉੱਧਰੋਂ ਅੱਗੇ ਚੱਕਿਆ ਜਾਂਦਾ, ਅਤੇ ਹੁਣ ਆਪਾਂ ਨੂੰ ਹੁਣ ਆਈ ਥੋੜ੍ਹੀ ਜਿਹੀ ਆਪ ਲੈਫਟ ਚੱਕਣੀ ਪਊਗੀ, ਤਾਂ ਹੌਲੀ ਹੌਲੀ ਟਰੈਕਟਰ ਬੈਕ ਆਊਗਾ, ਕਿਉਂਕਿ ਆਪਾਂ ਭਾਰ ਦੇ ਰੱਖਿਆ ਨਾ ਲਿਫਟ 'ਤੇ, ਲਿਫਟ ਦੇ ਜ਼ੋਰ ਨਾਲ ਵੀ ਮੋਟਰ ਨਾ ਦਾ ਵੀ ਆਉਂਦੀ ਹੈ, ਮੋਟਰ ਐਡੀ ਵੱਡੀ ਮੋਟਰ ਨੇ ਭਜਾ ਲੈਂਦੀ ਟਰੈਕਟਰ ਨੂੰ, ਅਤੇ ਆਪਾਂ ਮੇਕ ਕੱਢ ਕੇ ਕੇਰਾ ਐਂ ਵੀ ਕੱਢਦੀ ਹੈ, ਝਾੜਨਾ ਪਊਗਾ, ਕਿਉਂਕਿ ਉੱਧਰ ਗਿੱਲਾ ਵਾਹਣ ਸੀ, ਉਹਨੇ ਸੁੱਕਿਆ ਕਈ ਵਾਰ, ਜੇ ਉੱਧਰ ਗਿੱਲਾ ਹੋਇਆ ਤਾਂ ਆਪਾਂ ਨਾ ਪੰਗਾ ਪੈ ਸਕਦਾ, ਕਿਉਂਕਿ ਸੁੱਕੇ ਸੁੱਕੇ ਇੱਥੇ ਵਾਹੁਣਾ, ਇਹ ਫਿਰ ਬਾਅਦ 'ਚੋਂ ਇਹਦੇ ਸਾਗਾ ਮਾਰਨਾ, ਸਾਗੇ ਦੀ ਤਾਰ ਲਿਆਉਣ ਵਾਲੀ ਪਈ ਹੈ, ਫਿਰ ਆਪਾਂ ਸਾਗਾ ਲਿਆ ਕੇ ਮਾਰਾਂਗੇ ਇੱਥੇ, ਅਗਲੇ ਬਲੌਗ ਵਿੱਚ ਆਪਾਂ ਸਾਗਾ ਮਾਰਦਾ ਵੀ ਦਿਖਾਵਾਂਗੇ ਤੁਹਾਨੂੰ। ਚਲੋ ਹੁਣ ਵਾਹਣ ਵਾਹੁਣਿਆ, ਲੈਫਟ ਥੱਲੇ ਤਾਰ ਲਈਏ, ਅਤੇ ਚਲੋ ਹੁਣ ਵਾਹਣ ਵਾਹੁਣਿਆ, ਹੁਣ ਆਪਾਂ ਨੂੰ ਭਰ ਦੇ ਕੇ ਰੱਖਣਾ ਪਊਗਾ, ਤਾਂ ਕਰਕੇ ਟਰੈਕਟਰ ਹੌਲੀ ਹੌਲੀ ਤੁਰੂਗਾ ਜੀ, ਅਤੇ ਤੁਰ ਪਿਆ ਟਰੈਕਟਰ। ਅਤੇ ਜੇ ਗੇਅਰ ਗੀ ਗੇਅਰ ਵੀ ਗੇਅਰ ਵਾਲੀ ਮੋਟਰ ਹੈ, ਅਤੇ ਜੇ ਗੇਅਰ ਪਾਉਣੇ ਆ ਫਿਰ ਵੱਧ ਭੱਜਦਾ, ਤਾਂ ਕਰਕੇ ਆਪਾਂ ਹੌਲੀ ਹੌਲੀ ਵਾਹੁਣੇ ਆ। ਉਹ ਦੇਖੋ ਇੱਕ ਤਾਂ ਮੈਂ ਸਟੇਰਿੰਗ ਕਰ ਗਿਆ ਨਾ, ਅਤੇ ਬੈਕ ਕਰਦੇ ਤਾਂ ਹੱਲੇ ਆਉਂਦਾ ਮਾੜਾ ਮੋਟਾ, ਨਹੀਂ ਅੱਗੇ ਜਾ ਕੇ ਤਾਂ ਇਹੀ ਰਹਿੰਦਾ, ਹੁਣ ਇੱਥੋਂ ਗਾਈ ਅੱਗੇ ਮਸਾ ਲੰਘ ਗਿਆ ਹੈ ਟਰੈਕਟਰ, ਤਾਂ ਕਰਕੇ ਹੁਣ ਆਪਾਂ ਨੂੰ ਇਹ ਲੈਫਟ ਦੁਆਰ ਤੋਂ ਚੱਕਣੀ ਪਊਗੀ, ਇੱਧਰ 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 ਆਪਾਂ ਅੱਗੇ ਵਾਹੁੰਦੇ ਨਹੀਂ ਹੈਗੇ, ਕਿਉਂਕਿ ਇੱਧਰ ਗਿੱਲਾ ਪਿਆ, ਤਾਂ ਕਰਕੇ ਹੁਣ ਆਪਾਂ ਇੱਥੇ ਜੇ ਲੈ ਜਾਈਏ, ਅਤੇ ਟੱਪ ਗਿਆ ਟੱਪ ਗਿਆ ਟੱਪ ਗਿਆ ਟੱਪ ਗਿਆ ਟੱਪ ਗਿਆ। ਗਾਈਜ਼, ਹੁਣ ਆਪਾਂ ਵਾਹਣ ਬਾਹਰ ਲਏ ਹਾਂ, ਉੱਧਰ ਦੇਖੋ ਤੁਸੀਂ ਵਾਹਣ, ਆਪਾਂ ਇੰਨਾ ਕੁ ਬਾਹਰ ਦਿੱਤਾ ਕਿਉਂਕਿ ਅੱਗੇ ਤਾਂ ਗਿੱਲਾ ਪਿਆ ਸੀ, ਤਾਂ ਕਰਕੇ ਹੁਣ ਆਪਾਂ ਘਰੇ ਚੱਲਦੇ ਹਾਂ, ਹੌਲੀ ਹੌਲੀ ਚੱਲਾਂਗੇ, ਇਸ ਹੁਣ ਸਟੇਜ ਆਉਣ ਦੀ ਲੋੜ ਪਊਗੀ, ਤਾਂ ਕਰਕੇ ਆਪਾਂ ਨੂੰ ਹੁਣ ਟਰੈਕਟਰ ਹੌਲੀ ਹੌਲੀ ਚੱਲੂਗਾ, ਤਾਂ ਕਰਕੇ ਹੁਣ ਆਪਾਂ ਚੱਲਦੇ ਹਾਂ। ਹੁਣ ਗਾਈਜ਼, ਆਪਾਂ ਘਰੇ ਆ ਗਏ, ਅਤੇ ਪਹਿਲਾਂ ਹੁਣ ਹੱਲ ਲਾ ਦਈਏ, ਫਿਰ ਆਪਾਂ ਫੋੜ ਨਾਲ ਗੇੜਾ ਕੱਢਣ ਜਾਵਾਂਗੇ, ਸਾਗਾ ਸੁੱਗਾ ਪਾ ਕੇ ਆਪਾਂ ਨੂੰ ਫਿਰ ਉਹ ਅਗਲੇ ਬਲੌਕ 'ਚ ਦਿਖਾਉਣ, ਕਿਉਂਕਿ ਆਹ ਦੇਖੋ ਇੱਧਰ ਦੇਖੋ ਸਾਗਾ, ਆਹ ਸਾਗੇ ਦੀ ਆਹ ਤਾਰਾਂ ਲਿਆਉਣ ਵਾਲੀਆਂ ਪਈਆਂ ਨੇ, ਤਾਂ ਕਰਕੇ ਸਾਬਾ ਸਾਗਾ ਆਪਾਂ ਉਹੀ ਲਾਇਆ ਪਿਆ, ਥੋੜ੍ਹਾ ਜਿਹਾ ਉੱਧਰ ਕਰਕੇ ਲਾ ਰੱਖਿਆ, ਉਰੇ ਆਹ ਪਈ ਆਪਣੀ ਮੋਟਰਸਾਈਕਲ ਵਾਲੀ ਰੇਹੜੀ, ਮੋਟਰਸਾਈਕਲ ਆਪਣਾ ਬਾਗਲ 'ਚ ਖੜ੍ਹਾ, ਤਾਂ ਕਰਕੇ ਆਪਾਂ ਬਾਕੀ ਸਾਰੇ ਸੰਦ ਘਰੇ ਨੇ, ਮੋਟਰਸਾਈਕਲ ਆਪਾਂ ਬਾਗਲ 'ਚ, ਹੁਣ ਆਪਾਂ ਹਾਲ ਲਾ ਦਿੱਤੇ ਨੇ, ਅਤੇ ਹੁਣ ਆਪਾਂ ਅੰਦਰ ਲਾਈਏ, ਬੈਗ ਤਾਂ ਆਪ ਹੀ ਹੋ ਜੂਗਾ ਗਾਈਸ, ਇਹ ਥੋੜ੍ਹੀ ਜਿਹੀ ਮੋਟਰ ਅੜ ਗਈ, ਅਤੇ ਆ ਭੱਜ ਲਿਆ ਸੀ ਮੂਰ ਨੂੰ ਹੀ ਇਹ ਤਾਂ, ਅਤੇ ਹੁਣ ਗਾਈਸ
ਮੋੜਨਾ ਪੈਂਦਾ ਚਲੋ ਗਾਈਜ਼ ਹੁਣ ਆਪਾਂ ਟਰੈਕਟਰ ਅੰਦਰ ਲਾ ਦਿੱਤਾ ਚਲੋ ਹੁਣ ਫੋੜ ਨੂੰ ਲੈ ਕੇ ਆਉਂਦੇ ਹਾਂ ਖੜੀ ਨੇ ਆਪਣੇ ਚੱਲਦਾ ਉਹ ਫੋੜ ਨਾ ਕਿਸੇ ਨੇ ਕੋਈ ਲੈ ਕੇ ਗਿਆ ਹੋਇਆ ਕਿਉਂਕਿ ਉਹ ਕਹਿੰਦੇ ਅਸੀਂ ਆਪਣਾ ਆਪਦਾ ਬਾਹਰ ਮੋੜੇਗਾ ਮੈਂ ਕਿਹਾ ਚਲੋ ਲੈ ਜਾਓ ਅਤੇ ਗਾਈਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਅਤੇ ਆਪਾਂ ਅਗਲੇ ਵਲੌਗ ਫਿਰ ਵੱਡੇ ਬਣਾਇਆ ਕਰਾਂਗੇ ਇਸ ਕਰਕੇ ਆਪਾਂ ਛੋਟਾ ਜਿਹਾ ਬਣਾਇਆ ਲਈ ਵੀ ਤੁਸੀਂ ਸਪੋਰਟ ਦੇ ਦਿਓ ਜਦੋਂ ਹੀ ਸਾਨੂੰ ਸਪੋਰਟ ਮਿਲ ਗਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਜੇ ਵਧੀਆ ਲੱਗੀ ਤਾਂ ਕਰਕੇ ਗਾਈਜ਼ ਆਪਣੇ ਚੈਨਲ ਨੂੰ ਸਪੋਰਟ ਦਿਓ ਇਸ ਕਰਕੇ ਧੰਨਵਾਦ।